ਅੱਜ ਤੋਂ ਹੁਣ ਅਸੀਂ ਕਰਾਂਗੇ ਤੁਹਾਡੇ ਕੰਮ ਦੀ ਗੱਲ ਸੋ ਕਈ ਵਾਰ ਸਾਨੂੰ ਫੋਨ ਤੇ ਇੱਕ ਦੂਸਰੇ ਦੇ ਨਾਲ ਫਾਈਲਾਂ ਸਾਂਝਾ ਕਰਨ ਦੀ ਲੋੜ ਹੁੰਦੀ ਆ ਸੀ ਫਾਈਲਾਂ ਸੈਂਡ ਕਰਦੇ ਆ ਇਸ ਦੇ ਲਈ ਲੋਕ ਕਈ ਤਰ੍ਹਾਂ ਦੇ ਸ਼ੇਅਰਿੰਗ ਐਪਸ ਵੀ ਵਰਤੋਂ ਕਰਦੇ ਨੇ ਸੋ ਅਸੀਂ WhatsApp ਦੇ ਰਾਹੀਂ ਵੀ ਇੱਕ ਦੂਸਰੇ ਨੂੰ ਫਾਈਲਾਂ ਭੇਜ ਸਕਦੇ ਹਾਂ ਪਰ ਇਸ ਦੇ ਲਈ ਡਾਟਾ ਦੀ ਲੋੜ ਹੁੰਦੀ ਆ ਪਰ ਹੁਣ ਤੁਸੀਂ ਇੰਟਰਨੈਟ ਤੋਂ ਬਿਨਾਂ ਵੀ WhatsApp ਦੇ ਰਾਹੀਂ ਫਾਈਲਾਂ ਸ਼ੇਅਰ ਕਰ ਸਕੋਗੇ Meta ਇੱਕ ਨਵੇਂ ਫੀਚਰ ਤੇ ਕੰਮ ਕਰ ਰਹੀ ਆ ਇਸ ਦੇ ਤਹਿਤ WhatsApp ਯੂਜ਼ਰਸ ਨੂੰ ਇੱਕ ਦੂਜੇ ਵਿਚਾਲੇ ਫਾਈਲਾਂ ਟਰਾਂਸਫਰ ਕਰਨ ਦੇ ਲਈ ਇੰਟਰਨੈਟ ਦੀ ਲੋੜ ਨਹੀਂ ਪਵੇਗੀ ਹਾਹੀ ਦੇ ਵਿੱਚ WhatsApp ਦੇ ਲੇਟੈਸਟ ਐਂਡਰੋਇਡ ਬੀਟਾ ਵਰਜਨ ਤੇ ਇੱਕ ਨਵਾਂ ਫੀਚਰ P ਪਲ ਨੀਅਰਬਾਈ ਦਿਖਿਆ ਗਿਆ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਫੀਚਰ ਬਿਨਾ ਇੰਟਰਨੈਟ ਦੇ ਦੋ ਵਟਸਐਪ ਅਕਾਊਂਟਸ ਦੇ ਵਿਚਕਾਰ ਫਾਈਲਾਂ ਨੂੰ ਟਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ ਬਿਨਾ ਡਾਟਾ ਦੇ ਫਾਈਲਾਂ ਨੂੰ ਸਾਂਝਾ ਕਰਨ ਦੇ ਲਈ ਤੁਹਾਨੂੰ ਵਟਸਐਪ ਦੇ ਵਿੱਚ ਕੁਝ ਸੈਟਿੰਗਸ ਕਰਨੀਆਂ ਹੋਣਗੀਆਂ ਜਿਸ ਤੋਂ ਬਾਅਦ ਫਾਈਲ ਨੂੰ ਆਸਾਨੀ ਦੇ ਨਾਲ ਸ਼ੇਅਰ ਕੀਤਾ ਜਾ ਸਕੇਗਾ ਸੋ ਬਗੈਰ ਇੰਟਰਨੈਟ ਡਾਟਾ ਫਾਈਲ ਟਰਾਂਸਫਰ ਦਾ ਫੀਚਰ जी हां व्हाट्सएप अपडेट आते, अपने नए फीचर ते नजर रखण वाले पोर्टल WA बीटा इन्फो ते मुताबिक हे फीचर व्हाट्सएप एंड्रॉइड बीटा वर्जन 2.24 0.9.22 ਤੇ ਉਪਲਬਧ ਹੋਵੇਗਾ ਇਥੇ ਬਿਨਾ ਇੰਟਰਨੈਟ ਕਨੈਕਸ਼ਨ ਦੇ ਫੋਟੋ ਵੀਡੀਓਜ਼ ਦਸਤਾਵੇਜ਼ ਜਾਂ ਫਿਰ ਹੋਰ ਫਾਈਲਾਂ ਨੂੰ ਸ਼ੇਅਰ ਕਰਨਾ ਸੰਭਵ ਹੋਵੇਗਾ ਹਾਲਾਂਕਿ ਇਹ ਫੀਚਰ ਉਦੋਂ ਹੀ ਕੰਮ ਕਰੇਗਾ ਜਦੋਂ ਤੁਸੀਂ WhatsApp ਨੂੰ ਜ਼ਰੂਰੀ ਪਰਮਿਸ਼ਨ ਦਿਵੋਗੇ ਇਸ ਦੇ ਵਿੱਚ ਇਹ ਪਰਮਿਸ਼ਨ ਵੀ ਸ਼ਾਮਿਲ ਹੈ ਜਿਸ ਦੇ ਤਹਿਤ ਨਜ਼ਦੀਕੀ WhatsApp ਡਿਵਾਈਸ ਤੁਹਾਡੇ WhatsApp ਫੋਨ ਨੂੰ ਲੱਭ ਸਕੋਗੇ ਸੋ ਫਾਈਲ ਟ੍ਰਾਂਸਫਰ ਦੇ ਵਿੱਚ ਐਂਡ ਟੂ ਐਂਡ ਐਨਕ੍ਰਿਪਸ਼ਨ ਸੋ ਨਵੇਂ ਫੀਚਰ ਦੇ ਵਜ੍ਹਾ ਸਾਨੂੰ ਮੀਡੀਆ ਫਾਈਲਸ ਲੋਕੇਸ਼ਨ ਅਤੇ ਡਿਵਾਈਸ ਆਰੇ ਨੂੰ ਕਨੈਕਟ ਕਰਨ ਦੀ ਵੀ ਇਜਾਜ਼ਤ ਵੀ ਦੇਣੀ ਹੋਵੇਗੀ ਸੋ ਯੂਜ਼ਰਸ ਨੂੰ ਇਹ ਸਹੂਲਤ ਹੋਵੇਗੀ ਕਿ ਉਹ ਜਦੋਂ ਚਾਹਣ ਤਾਂ ਇਹਨਾਂ ਪਰਮਿਸ਼ਨਸ ਨੂੰ ਰੱਦ ਕਰ ਸਕਦੇ ਨੇ ਸੋ ਖਾਸ ਕਰ ਇਹ ਹੈ ਕਿ ਪੀਪਲਸ ਨੀਅਰਬਾਈ ਫੀਚਰ ਦੇ ਤਹਿਤ ਟਰਾਂਸਫਰ ਕੀਤੀਆਂ ਗਈਆਂ ਫਾਈਲਾਂ ਐਂਡ ਟੂ ਐਂਡ ਐਨਕ੍ਰਿਪਟਡ ਰਹਿਣਗੀਆਂ ਮਤਲਬ WhatsApp ਤੁਹਾਡੀ ਨਿੱਜਤਾ ਦਾ ਪੂਰਾ ਧਿਆਨ ਰੱਖੇਗਾ ਨਹੀਂ ਨਜ਼ਰ ਆਵੇਗਾ ਤੁਹਾਡਾ ਫੋਨ ਨੰਬਰ ਜੀ ਹਾਂ WhatsApp ਫਾਈਲ ਸ਼ੇਅਰਿੰਗ ਦੌਰਾਨ ਫੋਨ ਨੰਬਰ ਲੁਕਿਆ ਰਹੇਗਾ ਕਿਸੇ ਨੂੰ ਵੀ ਦਿਖਾਈ ਨਹੀਂ ਦੇਵੇਗਾ ਇਹ ਫੀਚਰ ਕੁਇਕ ਸ਼ੇਅਰ ਦੀ ਤਰ੍ਹਾਂ ਹੀ ਤੁਹ ਵਰਤਮਾਨ ਦੇ ਵਿੱਚ ਇਹ ਵਿਸ਼ੇਸ਼ਤਾ ਟੈਸਟਿੰਗ ਪੜਾਅ ਦੇ ਵਿੱਚ ਹੈ ਤੇ ਸਿਰਫ ਚੁਣੇ ਹੋਏ ਲੋਕ ਹੀ ਇਸ ਦੀ ਵਰਤੋਂ ਕਰ ਸਕਦੇ ਨੇ ਸੋ ਟੈਸਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ WhatsApp ਆਰਮ ਯੂਜ਼ਰਸ ਲਈ ਵੀ ਇਸ ਫੀਚਰ ਨੂੰ ਜਾਰੀ ਕਰ ਸਕਦਾ ਹੈ